ਮਾਰਨਿੰਗ ਸਟੂਡੈਂਟ, ਅੱਜ ਆਪਾਂ ਈਵੀਐਸ ਦਾ ਫਸਟ ਚੈਪਟਰ ਜਿਹੜਾ ਕਿ ਫੂਡ ਹੈ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ। ਅਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਫੂਡ। ਫੂਡ ਕੀ ਹੈ? ਉਹ ਭੋਜਨ ਜਿਹੜਾ ਆਪਾਂ ਮੂੰਹ ਦੇ ਦੁਆਰਾ ਲੈਂਦੇ ਹਾਂ, ਜਿਹੜਾ ਸਾਨੂੰ ਐਨਰਜੀ ਦਿੰਦਾ, ਉਹਨੂੰ ਆਪਾਂ ਕਹਿੰਦੇ ਹਾਂ ਫੂਡ। ਫੂਡ ਇਜ਼ ਦੈਟ ਵਿਚ ਗਿਵਸ ਐਨਰਜੀ, ਜਿਹੜਾ ਸਾਨੂੰ ਐਨਰਜੀ ਦਿੰਦਾ। ਐਨਰਜੀ ਨਾਉ ਦਾ ਪ੍ਰੋਸੈਸ ਆਫ ਇਨਟੇਕ ਆਫ ਦਾ ਫੂਡ ਦੈਟ ਇਜ਼ ਨੋਨ ਐਜ ਨਿਊਟ੍ਰੀਸ਼ਨ। ਉਹ ਕੀ ਆ ਜਿਹਦੇ ਦੁਆਰਾ ਅਸੀਂ ਭੋਜਨ ਲੈਂਦੇ ਹਾਂ, ਉਹਨੂੰ ਨਿਊਟ੍ਰੀਸ਼ਨ ਕਹਿੰਦੇ ਹੈ। ਟਾਈਪਸ ਆਫ ਨਿਊਟ੍ਰੀਸ਼ਨ, ਟਾਈਪਸ, ਦੇਅਰ ਆਰ ਟੂ ਟਾਈਪਸ ਆਫ ਨਿਊਟ੍ਰੀਸ਼ਨ, ਦੈਟ ਇਜ਼ ਆਟੋਟ੍ਰੋਫਿਕ ਐਂਡ ਹੈਟਰੋਟ੍ਰੋਫਿਕ। ਦੋ ਮੋਡ ਹੈ ਨਿਊਟ੍ਰੀਸ਼ਨ ਦੇ, ਇੱਕ ਹੈ ਆਟੋਟ੍ਰੋਫਿਕ ਅਤੇ ਦੂਸਰਾ ਹੈ ਹੈਟਰੋਟ੍ਰੋਫਿਕ। ਸੋ ਲੈਟਸ ਡਿਸਕਸ ਵਨ ਬਾਈ ਵਨ। ਫਸਟ ਵੀ ਵਿਲ ਡਿਸਕਸ ਆਟੋਟ੍ਰੋਫਿਕ। ਪਹਿਲਾਂ ਆਪਾਂ ਡਿਸਕਸ ਕਰਾਂਗੇ ਆਟੋਟ੍ਰੋਫਿਕ। ਆਟੋਟ੍ਰੋਫਿਕ ਨਿਊਟ੍ਰੀਸ਼ਨ ਉਹ ਹੈ ਜਿਹਦੇ ਦੁਆਰਾ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਆ ਸਿੰਪਲ ਸਬਸਟਾਂਸਿਸ ਤੋਂ, ਮਤਲਬ ਜਿਹੜੇ ਸਿੰਪਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੋਂ ਆਪਣਾ ਭੋਜਨ ਪੌਦੇ ਆਪ ਤਿਆਰ ਕਰਦੇ ਆ। ਇਸ ਨੂੰ ਆਪਾਂ ਕਹਿੰਦੇ ਹਾਂ ਆਟੋਟ੍ਰੋਫਿਕ ਨਿਊਟ੍ਰੀਸ਼ਨ। ਫੋਰ ਐਗਜ਼ਾਮਪਲ, ਵੈਨ ਪਲਾਂਟਸ ਪ੍ਰੀਪੇਅਰ ਦੇਅਰ ਫੂਡ ਇਨ ਦਾ ਪ੍ਰੈਜੈਂਸ ਆਫ ਸਨਲਾਈਟ ਐਂਡ ਕਲੋਰੋਫਿਲ, ਦਿਸ ਪ੍ਰੋਸੈਸ ਇਜ਼ ਨੋਨ ਐਜ ਆਟੋਟ੍ਰੋਫਿਕ ਨਿਊਟ੍ਰੀਸ਼ਨ। ਆਲਸੋ ਇਟ ਇਜ਼ ਆਲਸੋ ਨੋਨ ਐਜ ਫੋਟੋਸਿੰਥੈਸਿਸ। ਐਂਡ ਦਾ ਔਰਗੈਨਿਜ਼ਮ, ਉਹ ਜਿਹੜੇ ਜੀਵ ਜਿਹੜੇ ਕਿ ਇਹ ਕਿਰਿਆ ਕਰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਆਟੋਟ੍ਰੋਫਸ, ਉਹਨਾਂ ਨੂੰ ਆਪਾਂ ਕਹਾਂਗੇ ਆਟੋਟ੍ਰੋਫਸ। Another is second type, that is heterotrophic nutrition. Heterotrophic. In heterotrophic nutrition, the organism depends upon the plant for their nutrition or food. Means heterotrophic nutrition, oh nutrition hai, jide vich jehde organism hai, jehde jeev hai, oh apna bhojan podyan de, podyan ton lende hai. For example, human beings. Human beings and other animals comes under this category. And the organism jede ki jede jeev heterotrophic nutrition show karde ha unnu apan heterotrophs bolde. Thank you.